ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਪਾਂ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਸੱਚਾਈ ਰੱਖਾਂਗਾ ਇਹ UNO ਦੀ ਰਿਪੋਰਟ ਹੈ ਮੈਂ ਨਹੀਂ ਕਹਿ ਰਿਹਾ ਉਹ ਕਿਹਾ ਗਿਆ ਹੈ ਉਹਦੇ ਵਿੱਚ ਕਿ ਹਿੰਦੁਸਤਾਨ ਦੇ ਵਿੱਚ 19 ਕਰੋੜ ਜਨਸੰਖਿਆ ਜਿਹੜੀ ਹੈ ਉਹ ਕੁਪੋਸ਼ਣ ਦਾ ਸ਼ਿਕਾਰ ਹੈ ਮਤਲਬ 19 ਕਰੋੜ ਜਨਸੰਖਿਆ ਨੂੰ ਪੇਟ ਭਰ ਕੇ ਰੋਟੀ ਨਹੀਂ ਮਿਲਦੀ ਉਹ ਰਾਤ ਨੂੰ ਉਹ ਭੁੱਖੇ ਸੁਣਦੇ ਅਸੀਂ 1 ਅਰਬ 32 ਕਰੋੜ ਸਾਡੀ ਜਨਸੰਖਿਆ ਹੈ ਤਕਰੀਬਨ 1/6 ਹਿੱਸਾ ਜਿਹੜਾ ਉਹ ਅਸੀਂ ਇਸ ਹਾਲਾਤਾਂ ਦੇ ਵਿੱਚ ਜੀਂਦੇ ਹਾਂ ਦੋਸਤੋ ਇੱਕ ਪਿਛਲੇ ਦਿਨਾਂ ਦੇ ਵਿੱਚ 2-3 ਦਿਨ ਦੇ ਪਹਿਲਾਂ ਦੀ ਗੱਲ ਹੈ ਕਿ ਦਿੱਲੀ ਦੇ ਵਿੱਚ 3 ਲੜਕੀਆਂ ਦੀਆਂ ਮੌਤਾਂ ਹੋਈਆਂ ਨੇ ਭੁੱਖਮਰੀ ਕਰਕੇ ਮੌਤਾਂ ਹੋਈਆਂ ਨੇ ਦੇਸ਼ ਦੀ ਰਾਜਧਾਨੀ ਦੇ ਵਿੱਚ ਔਰ ਇਸ ਤੋਂ ਜ਼ਿਆਦਾ ਦੁੱਖ ਵਾਲੀ ਔਰ ਇਸ ਤੋਂ ਜ਼ਿਆਦਾ ਸ਼ਰਮ ਵਾਲੀ ਗੱਲ ਕੁਛ ਨਹੀਂ ਹੋਰ ਹੋ ਸਕਦੀ ਔਰ ਦਿੱਲੀ ਦੇ ਵਿੱਚ ਜਿਹਨਾਂ ਲੋਕਾਂ ਦਾ ਸ਼ਾਸਨ ਹੈ ਜਿਹੜੇ ਲੋਕ ਰਾਜ ਕਰ ਰਹੇ ਨੇ ਜਿਹੜੇ ਦਾਅਵੇ ਕਰਦੇ ਨੇ ਕਿ ਜੇ ਅਸੀਂ ਜੀ ਏਸ਼ੀਆ ਦਾ ਸਭ ਤੋਂ ਵੱਡਾ ਹੋਸਪਿਟਲ ਦਿੱਲੀ 'ਚ ਅਸਟੈਬਲਿਸ਼ ਕਰ ਰਹੇ ਹਾਂ ਔਰ ਮੁਫ਼ਤ ਅਸੀਂ ਉੱਥੇ ਇਲਾਜ ਕਰ ਰਹੇ ਹਾਂ ਲੋਕਾਂ ਦਾ ਔਰ ਇਸ ਤਰੀਕੇ ਦੇ ਸਕੂਲ ਦੇ ਰਹੇ ਹਾਂ ਇਹ ਫੈਸਿਲਿਟੀ ਦੇ ਰਹੇ ਹਾਂ ਇਹ ਉਸ ਸਟੇਟ ਦੇ ਵਿੱਚ ਦਿੱਲੀ ਦੇ ਵਿੱਚ ਇਹ ਗੱਲ ਹੋਈ ਹੈ ਕਿ 3 ਬੱਚੀਆਂ ਜਿਹੜੀਆਂ ਨੇ ਉਹ ਭੁੱਖ ਦੀ ਵਜ੍ਹਾ ਕਰਕੇ ਉਹਨਾਂ ਦੀ ਮੌਤ ਔਰ ਉਹਨਾਂ ਦਾ 2 ਵਾਰ ਪੋਸਟਮਾਰਟਮ ਕੀਤਾ ਗਿਆ ਤਾਂ ਕਿ ਗੱਲ ਬਿਲਕੁਲ ਕਲੀਅਰ ਹੋਵੇ ਆਇਆ ਕਿ ਇਹੀ ਫੈਕਟਰ ਹੈ ਕਿ ਕੋਈ ਹੋਰ ਫੈਕਟਰ ਦੋਹਾਂ ਵਾਰੀ ਹੀ ਇਹੀ ਫੈਕਟਰ ਆਇਆ ਹੈ ਡਾਕਟਰਾਂ ਦੇ ਪੈਨਲ ਨੇ ਕਿ ਉਹ ਭੁੱਖ ਦੀ ਵਜ੍ਹਾ ਕਰਕੇ ਬੱਚੀਆਂ ਜਿਹੜੀਆਂ ਨੇ ਉਹ ਮਾਰੀਆਂ ਗਈਆਂ ਨੇ ਇਸ ਤੋਂ ਮੰਦਭਾਗੀ ਹਿੰਦੁਸਤਾਨ ਵਾਸਤੇ ਕੋਈ ਗੱਲ ਨਹੀਂ ਹੋ ਸਕਦੀ ਸੋ ਦੋਸਤੋ ਇਹ ਹੈ ਸਹੀ ਤਸਵੀਰ ਜਿਹੜੀ ਤੁਹਾਡੇ ਹਿੰਦੁਸਤਾਨ 'ਚ 70 ਸਾਲ ਦੀ ਆਜ਼ਾਦੀ ਤੋਂ ਬਾਅਦ ਜੋ ਤੁਹਾਡੇ ਸਾਹਮਣੇ ਹੈ ਇਹ ਤਸਵੀਰ ਜਿਹੜੀ ਆ ਰਹੀ ਹੈ ਸੋ ਦੋਸਤੋ ਬਹੁਤ ਕੁਛ ਕਰਨ ਵਾਲਾ ਹੈ ਹੁਣ ਪੰਜਾਬ ਦੇ ਵਿੱਚ ਵੀ ਮੈਂ ਗੱਲ ਕਰਨਾ ਪੰਜਾਬ ਦੇ ਵਿੱਚ ਪੰਜਾਬ 'ਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬ ਨੂੰ ਇੱਕ ਬੜਾ ਟ੍ਰੈਂਡ ਚੱਲਿਆ ਹੋਇਆ ਕਿ ਉਹ ਭੁੱਕੀ ਦੀ ਔਰ ਅਫੀਮ ਦੀ ਖੇਤੀ ਦੀ ਜਿਹੜੀ ਗੱਲ ਕਰਦੇ ਨੇ ਦੇਖੋ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਨਸ਼ਾ ਜਿਹੜਾ ਹੈ ਉਹ ਚਾਹ ਦਾ ਵੀ ਮਾੜਾ ਨਸ਼ਾ ਤੇ ਨਸ਼ਾ ਹੈ ਔਰ ਭੁੱਕੀ ਔਰ ਜਿਹੜੀ ਅਫੀਮ ਹੈ ਇਹ ਤਾਂ ਬਹੁਤ ਹੀ ਖਤਰਨਾਕ ਨਸ਼ਾ ਹੈ ਇਹ ਅਸੀਂ ਕਹਿ ਦਿੰਦੇ ਹਾਂ ਜੀ ਨਹੀਂ ਜੀ ਇਹ ਕੁਦਰਤੀ ਜਿਹੜੇ ਪ੍ਰੋਡਕਟ ਹੈ ਜਾਂ ਹੋਰ ਕਈ ਕਿਸਮ ਦੀਆਂ ਗੱਲਾਂ ਕਰਦੇ ਨੇ ਦੇਖੋ ਇਹ ਨਸ਼ਾ ਹੈ ਔਰ ਇਹ ਨਸ਼ਾ ਬੰਦ ਹੋਣਾ ਚਾਹੀਦਾ ਅਸੀਂ ਇਹ ਕਹਾਂਗੇ ਕਿ ਪੰਜਾਬ ਦੇ ਵਿੱਚੋਂ ਸ਼ਰਾਬ ਵੀ ਪੂਰਨ ਤੌਰ 'ਤੇ ਬੰਦ ਹੋਣੀ ਚਾਹੀਦੀ ਹੈ ਜਿਹੜੇ ਲੋਕ ਇਸ ਤਰੀਕੇ ਦੀ ਗੱਲ ਕਰਕੇ ਇਸ ਤਰੀਕੇ ਦੀ ਗੱਲ ਕਰ ਰਹੇ ਨੇ ਉਹ ਪੰਜਾਬ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣ ਦੀ ਨਹੀਂ ਦੇ ਰਿਹਾ ਔਰ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਆਪਾਂ ਅੱਗੇ ਚਿੱਟੇ ਦੇ ਚੱਕਰ ਦੇ ਵਿੱਚ ਹੈਗੇ ਹਾਂ ਹੁਣ ਇਸ ਚੱਕਰ 'ਚ ਕਿਉਂ ਪੈਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਗੱਲ ਜਿਹੜੀ ਹੈ ਪੰਜਾਬ ਵਾਸਤੇ ਨੁਕਸਾਨਦੇਹ ਹੈ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਦਲੀਲ ਦਿੱਤੀ ਜਾਂਦੀ ਲੋਕਾਂ ਦੀ ਆਰਥਿਕ ਹਾਲਤ ਦੀ ਜੀ ਅਗਰ ਇਹ ਖੇਤੀ ਹੋਏਗੀ ਇਸ ਚੀਜ਼ ਦੀ ਕਿਸਾਨਾਂ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਬੜੀ ਸੁਧਰੇਗੀ ਆਰਥਿਕ ਹਾਲਤ ਅਗਰ ਸਰਕਾਰ ਚਾਹੇ ਅਗਰ ਸਰਕਾਰ ਸੰਜੀਦਾ ਹੋਵੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਹੀ ਆਰਥਿਕ ਹਾਲਤ ਕਿਸਾਨਾਂ ਦੀ ਸੁਧਰ ਸਕਦੀ ਹੈ ਦੇਖੋ ਤੁਸੀਂ ਸਵਾਮੀਨਾਥਨ ਰਿਪੋਰਟ ਜਿਹੜੀ ਹੈ ਉਹਨੂੰ ਲਾਗੂ ਕਰੋ ਗੌਰਮੈਂਟ ਦੀ ਰਿਪੋਰਟ ਹੈ ਇੰਨੇ ਸਾਲਾਂ ਦੀ ਉਹ ਪੈਂਡਿੰਗ ਰੱਖੀ ਕਿਉਂ ਨਹੀਂ ਉਹਨੂੰ ਰਿਪੋਰਟ ਨੂੰ ਲਾਗੂ ਕੀਤਾ ਜਾਂਦਾ ਸੈਕਿੰਡਲੀ ਹੋਰ ਚੀਜ਼ਾਂ ਦੇ ਚਾਹੇ ਸੋਨੇ ਦੀਆਂ ਜਿਣਸ ਨੇ ਚਾਹੇ ਤੇਲ ਦੀਆਂ ਭਾਅ ਨੇ ਚਾਹੇ ਕਿਸੇ ਹੋਰ ਚੀਜ਼ਾਂ ਦੇ ਭਾਅ ਨੇ ਉਹਦੇ ਕੰਪੈਰੀਜ਼ਨ ਕਿਸਾਨ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਹੈ ਕਿਸਾਨ ਦੀ ਜਿਹੜੀ ਫਸਲ ਹੈ ਉਹਦਾ ਭਾਅ ਕਿਉਂ ਨਹੀਂ ਦਿੱਤਾ ਜਾਂਦਾ ਅਗਰ ਉਹ ਸਬਸਿਡੀ ਗੌਰਮੈਂਟ ਨੇ ਲੋਕਾਂ ਨੂੰ ਕੰਜ਼ਿਊਮਰ ਨੂੰ ਦੇਣੀ ਹੈ ਤਾਂ ਉਹ ਗੌਰਮੈਂਟ ਦੀ ਡਿਊਟੀ ਬਣਦੀ ਹੈਗੀ ਕਿਸਾਨ ਨੂੰ ਉਹਦਾ ਭਾਅ ਜਿਹੜਾ ਮਾਰਕੀਟ ਮੰਡੀ ਦੇ ਹਿਸਾਬ ਦੇ ਨਾਲ ਮਿਲਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਹੋਰਨਾਂ ਪ੍ਰੋਡਕਟਸ ਦੇ ਭਾਅ ਵਧੇ ਨੇ ਕਿਸਾਨੀ ਜਿਣਸਾਂ ਦਾ ਵੀ ਭਾਅ ਉਸੇ ਤਰੀਕੇ ਨਾਲ ਵਧਣਾ ਚਾਹੀਦਾ ਔਰ ਕਿਸਾਨ ਜਿਹੜਾ ਖੁਸ਼ਹਾਲ ਹੋ ਜੂਗਾ ਕਿਸਾਨ ਦੀ ਖੁਸ਼ਹਾਲੀ ਤੁਸੀਂ ਅਫੀਮ ਔਰ ਡੋਡਿਆਂ ਦੀ ਖੇਤੀ ਦਾ ਨਾਲ ਨਹੀਂ ਕਰ ਸਕਦੇ ਇਹਦੇ ਨਾਲ ਸਿਰਫ ਕਿਸਾਨੀ ਦਾ ਨੁਕਸਾਨ ਹੋਊਗਾ ਔਰ ਉਹ ਕਿਸਾਨ ਵਾਲੀਆਂ ਜਿਹੜੇ ਬੱਚੇ ਨੇ ਉਹਦਾ ਨੁਕਸਾਨ ਹੋਊਗਾ ਸੋ ਬਰਾਏ ਮਿਹਰਬਾਨੀ ਮੈਂ ਇਹਨਾਂ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਖੋ ਇਹ ਜੋ ਨੁਕਸਾਨ ਅੱਗੇ ਪੰਜਾਬ ਦਾ ਇਸ ਤਰੀਕੇ ਦੇ ਨਾਲ ਹੋ ਗਿਆ ਆਪਾਂ ਹੋਰ ਪੰਜਾਬ ਨੂੰ ਇਸ ਪਾਸੇ ਨਾਲ ਲੈ ਕੇ ਚੱਲੀਏ ਤੁਸੀਂ ਇਹ ਜੋ ਕੁਛ ਅੱਜ ਹਾਲਾਤ ਸਾਡੇ ਸਾਹਮਣੇ ਆਏ ਨੇ ਇਹ ਸਿਰਫ ਅਫੀਮ ਦੀ ਵਜ੍ਹਾ ਕਰਕੇ ਆਏ ਨੇ ਅੱਜ ਜਿਹੜੇ ਪਿਛਲੇ 15-16 ਸਾਲਾਂ ਤੋਂ ਜੋ ਪੰਜਾਬ ਦੇ ਵਿੱਚ ਰਾਜ ਹੋ ਰਿਹਾ ਹੈ
कारण जिहड़ा इह हालात क्रिएट होने का कारण ही अफीम ਉਹ ਸਾਲਾ ਜਿਹੜਾ ਸੀ ਉਹ ਜੀਜੇ ਨੂੰ ਮੋਟੀ ਡਲੀ ਸਵੇਰੇ ਦੇ ਦਿੰਦਾ ਸੀ ਔਰ ਉਹਦੇ ਬਾਪ ਨੂੰ ਵੀ ਦੇ ਦਿੰਦਾ ਸੀਗਾ। ਉਹ ਕੰਮ ਕਾਰ ਜਿਹੜਾ ਸੀ ਉਹਨਾਂ ਵੱਲ ਧਿਆਨ ਨਹੀਂ ਸੀ, ਉਹ ਫੀਮ ਦੇ ਨਸ਼ੇ ਦੇ ਵਿੱਚ ਪੁਲਿਸ ਅਫਸਰਾਂ ਨੂੰ ਦਬਕੇ ਮਾਰੀ ਜਾਂਦੇ ਸੀ ਜਾਂ ਕਿਸੇ ਹੋਰ ਬਿਊਰੋਕਰੇਸੀ ਨੂੰ ਦਬਕੇ ਮਾਰੀ ਜਾਂਦੇ ਸੀ ਔਰ ਬਿਊਰੋਕਰੇਸੀ ਨੇ ਕੋਈ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕੀਤਾ। ਪੰਜਾਬ ਦਾ ਪਿਛਲੇ 10-15 ਸਾਲਾਂ ਦੇ ਵਿੱਚ ਕੋਈ ਪ੍ਰੋਪਰ ਤਰੀਕੇ ਨਾਲ ਗੌਰਮੈਂਟ ਨੇ ਕੰਮ ਨਹੀਂ ਕੀਤਾ। ਉਹਦਾ ਬੇਸਿਕ ਜਿਹੜਾ ਕਾਰਨ ਸੀਗਾ ਉਹ ਅਫੀਮ ਹੀ ਸੀ, ਕਿਉਂਕਿ ਪੰਜਾਬ ਦੇ ਜਿਹੜੇ ਸ਼ਾਸਨ ਕਰਨ ਵਾਲੇ ਲੋਕ ਸੀਗੇ ਉਹ ਆਪ ਇਹਨਾਂ ਇਸ ਅਫੀਮ ਔਰ ਡੋਡਿਆਂ ਦੇ ਚੱਕਰ ਦੇ ਵਿੱਚ ਫਸੇ ਹੋਏ ਸੀਗੇ ਔਰ ਕੰਮ ਕੀ ਕੀਤਾ ਜਾਣਾ ਸੀ। ਉਸ ਤੋਂ ਅੱਗੇ ਅਫੀਮ ਡੋਡੇ ਤੋਂ ਅੱਗੇ ਚਿੱਟਾ ਆ ਗਿਆ, ਚਿੱਟੇ ਤੋਂ ਅੱਗੇ ਹੋਰ ਮੁਸੀਬਤਾਂ ਆ ਗਈਆਂ। ਉਹ ਹਾਲਾਤ ਜਿਹੜੇ ਪੰਜਾਬ ਦੇ ਕ੍ਰੀਏਟ ਹੋਏ ਹੋਏ ਨੇ ਉਹ ਅਫੀਮ ਦੀ ਵਜ੍ਹਾ ਕਰਕੇ ਹੋਏ ਨੇ। ਸੋ ਬਰਾਏ ਮਿਹਰਬਾਨੀ ਇਹ ਟੋਪਿਕ ਨੂੰ ਬੰਦ ਕੀਤਾ ਜਾਵੇ। ਮੇਰੀ ਇੱਕ ਬੇਨਤੀ ਹੈਗੀ, ਜਿਹੜੇ ਲੋਕ ਇਸ ਗੱਲ ਦੇ ਉੱਤੇ ਬਹਿਸ ਕਰਦੇ ਆ ਜੀ ਅਫੀਮ ਦੇ ਨਸ਼ੇ ਦੇ, ਕਿਸਾਨੀ ਦੀ ਹਾਲਤ ਸਧਾਰਨੀ ਹੈ ਅਤੇ ਉਹਦੇ ਵਾਸਤੇ ਹੋਰ ਰਸਤੇ ਬਣੇ। ਅਗਰ ਕਿਸਾਨਾਂ ਦੇ ਪ੍ਰਤੀ ਸਰਕਾਰ ਇਮਾਨਦਾਰ ਹੋਵੇ ਤੇ ਕਿਸਾਨ ਦੀ ਆਰਥਿਕ ਹਾਲਤ ਜਿਹੜੀ ਹੈ ਬਹੁਤ ਸੁਧਰ ਸਕਦੀ ਹੈ। ਮੈਂ ਦਾਅਵੇ ਦੇ ਨਾਲ ਗੱਲ ਕਰਦਾ। ਸੋ ਦੋਸਤੋ, ਅੱਜ ਦੀ ਡੇਟ ਦੇ ਵਿੱਚ ਵੀ ਜੋ ਪ੍ਰਸ਼ਾਸਨ ਸਾਡਾ ਚੱਲ ਰਿਹਾ ਉਹ ਵੀ ਤੁਹਾਡੇ ਸਾਹਮਣੇ ਹੈ ਕਿ ਚੱਲ ਰਿਹਾ ਹੈਗਾ। ਕੋਈ ਕੰਟਰੋਲ ਨਹੀਂ ਗੌਰਮੈਂਟ ਦਾ। ਉਹ ਵੀ ਜਿਹੜਾ ਮੁੱਖ ਪ੍ਰਸ਼ਾਸਕ ਹੈਗਾ ਪੰਜਾਬ ਦਾ ਜਿਹੜਾ ਹੈਗਾ ਉਹਦੇ ਬਾਰੇ ਵਾਰ ਵਾਰ ਗੱਲਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਉਹ ਵੀ ਇਸੇ ਤਰੀਕੇ ਦੇ ਨਾਲ। ਸੋ ਮੇਰੇ ਕਹਿਣ ਦਾ ਮਤਲਬ ਇਸ ਚੀਜ਼ ਨੂੰ ਟੋਪਿਕ ਨੂੰ ਆਪਾਂ ਬੜੇ ਸੋਚ ਸਮਝ ਕੇ ਲੋਕਾਂ ਦੇ ਵਿੱਚ ਗੱਲ ਕਰੀਏ ਔਰ ਇਸ ਪਾਸੇ ਨੂੰ ਲੈ ਕੇ ਜਾਈਏ। ਸੋ ਦੋਸਤੋ, ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਾਂ। ਜਦੋਂ ਇਨਸਾਨ ਦੁਖੀ ਹੁੰਦਾ, ਜਦੋਂ ਇਨਸਾਨ ਪਰੇਸ਼ਾਨੀਆਂ ਦੇ ਵਿੱਚ ਫਸ ਜਾਂਦਾ ਤੇ ਉਦੋਂ ਇਨਸਾਨ ਜਿਹੜਾ ਹੁੰਦਾ ਕਈ ਵਾਰੀ ਤੰਤਰਿਕਾਂ ਦੀ ਮਦਦ ਲੈਣ ਦੀ ਕੋਸ਼ਿਸ਼ ਕਰਦਾ, ਕਈ ਵਾਰੀ ਹੋਰ ਮੀਆਂ ਦੀ ਮਦਦ ਲੈਣ ਦੀ ਕੋਸ਼ਿਸ਼ ਕਰਦਾ ਜਾਂ ਹੋਰ ਕਿਸੇ ਟੂਣੇ ਟੰਜਰਾਂ ਦੇ ਵਿੱਚ ਫਸ ਜਾਂਦਾ। ਉਹ ਉਦੋਂ ਫਸਦਾ ਜਦੋਂ ਉਹ ਆਦਮੀ ਬਹੁਤ ਮਜਬੂਰ ਹੋ। ਔਰ ਪੰਜਾਬ ਦੇ ਵਿੱਚ ਵੀ ਪਿੱਛੇ ਇਹ ਹਾਲਾਤ ਹੋਏ। ਕਾਂਗਰਸ ਔਰ ਅਕਾਲੀ ਦਲ ਨੇ ਪੰਜਾਬ ਦੀ ਪੋਜੀਸ਼ਨ ਇੰਨੀ ਖਰਾਬ ਕਰ ਦਿੱਤੀ, ਇੰਨਾ ਪ੍ਰਸ਼ਾਸਨ ਜਿਹੜਾ ਉਹ ਨਿਕੰਮਾ ਹੋ ਗਿਆ ਕਿ ਲੋਕੀ ਪਰੇਸ਼ਾਨ ਹੋ ਗਏ। ਲੋਕੀ ਇੰਨੇ ਪਰੇਸ਼ਾਨ ਹੋ ਗਏ ਕਿ ਉਹ ਸੋਚਦੇ ਸੀ ਕਿ ਸਾਡੇ ਕੋਲ ਹੋਰ ਕੀ ਰਸਤਾ ਹੈਗਾ। ਉਹਨਾਂ ਨੇ ਆਲਟਰਨੇਟਿਵ ਲੱਭਣ ਦੀ ਕੋਸ਼ਿਸ਼ ਕੀਤੀ। ਉਸੇ ਤਰੀਕੇ ਦੇ ਨਾਲ ਉਹ ਆਲਟਰਨੇਟਿਵ ਲੱਭਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਸਾਡੇ ਆਮ ਆਦਮੀ ਪਾਰਟੀ ਸੀ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ। ਔਰ ਇਹਨਾਂ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਉਹ ਮੀਏ ਜਾਂ ਜਿਸ ਤਰੀਕੇ ਦੇ ਨਾਲ ਜਿਹੜੇ ਤੰਤਰਿਕ ਨੇ ਜਾਂ ਪੰਡਿਤ ਲੋਕਾਂ ਦਾ ਸ਼ੋਸ਼ਣ ਕਰਦੇ, ਇਸੇ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਉਹਨਾਂ ਦਾ ਸ਼ੋਸ਼ਣ ਕੀਤਾ। ਇਹਨਾਂ 'ਚ ਕਾਬਲੀਅਤ ਕੋਈ ਹੈ ਨਹੀਂ ਸੀ, ਲੇਕਿਨ ਲੋਕਾਂ ਨੇ ਬੱਚੇ ਦੇ ਵਿੱਚ ਆ ਕੇ ਦੁਖੀ ਹੋ ਕੇ ਇਹਨਾਂ ਨੂੰ ਵੋਟਾਂ ਪਾਈਆਂ। ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਨਿਕਲਿਆ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੇ ਇਹ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਵੀ ਮੇਰਾ ਖਿਆਲ ਇਹਨਾਂ ਨੇ 2-3 ਆਪਣੇ ਪ੍ਰਧਾਨ ਬਦਲ ਦਿੱਤੇ। ਔਰ ਇਸ ਤਰੀਕੇ ਦੇ ਨਾਲ ਤਾਂ ਕੋਈ ਨੌਕਰ ਆਪਣੇ ਜਿਹੜਾ ਜਮੀ ਦੇ ਜੱਟ ਹੁੰਦਾ ਉਹ ਨੌਕਰ ਨੂੰ ਵੀ ਨਹੀਂ ਬਦਲਦਾ ਹੈਗਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਪ੍ਰਧਾਨ ਬਦਲੇ। ਹੁਣ ਤੁਹਾਡੇ ਲੀਡਰ ਆਫ ਦੀ ਆਪੋਜੀਸ਼ਨ ਜਿਹੜੇ ਨੇ 3-4 ਬਦਲ ਦਿੱਤੇ, ਜੋ ਵੀ ਇਹਨਾਂ ਦੇ ਉਹ ਗੱਲਾਂ ਤੁਹਾਡੇ ਸਾਹਮਣੇ ਨੇ। ਔਰ ਦਿੱਲੀ 'ਚ ਜੋ ਇਹਨਾਂ ਨੇ ਪ੍ਰਸ਼ਾਸਨ ਦਿੱਤਾ ਹੈਗਾ ਜਾਂ ਦਿੱਲੀ 'ਚ ਜੋ ਇਹਨਾਂ ਨੇ ਸ਼ਾਸਨ ਦੇ ਰਹੇ ਆ ਉਹ ਤੁਹਾਡੇ ਸਾਹਮਣੇ ਹੈ ਕਿ ਭੁੱਖ ਦੇ ਨਾਲ 3 ਬੱਚਿਆਂ ਦੀ ਮੌਤ ਹੋ ਗਈ ਹੈ। ਔਰ ਪੰਜਾਬ ਦੇ ਵਿੱਚ ਤੁਸੀਂ ਲੋਕੀ ਇਹਨਾਂ ਕੋਲ ਕੀ ਐਕਸਪੈਕਟੇਸ਼ਨ ਕਰ ਸਕੋਗੇ। ਸੋ ਦੋਸਤੋ, ਪੰਜਾਬ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਉਹ ਅੱਜ ਪੰਜਾਬ ਜਿਹੜਾ ਉਹ ਬਹੁਤ ਹੀ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਇਹ ਬੜਾ ਇੱਕ ਗਲਤ ਦੌਰ ਦੇ ਵਿੱਚ ਗੁਜ਼ਰ ਰਿਹਾ। ਸੋ ਪੰਜਾਬ ਨੂੰ ਇਸ ਦੌਰ ਦੇ ਵਿੱਚੋਂ ਕੱਢਣ ਦੀ ਜ਼ਰੂਰਤ ਹੈਗੀ ਹੈ। ਇਹ ਆਪਾਂ ਇਹਨਾਂ ਲੋਕਾਂ ਦੇ ਵਿੱਚ, ਪੰਜਾਬ ਦੀ ਜਨਤਾ ਨੂੰ ਮੈਂ ਅਪੀਲ ਕਰੂੰਗਾ ਇਹ ਗੱਲ ਵੀ ਆਪਾਂ ਇਹ ਲੋਕ ਜਿਹੜੇ ਗੱਲ ਕਰਦੇ ਨੇ ਜੀ ਚਿੱਟਾ ਛੱਡ ਕੇ ਅਫੀਮ ਵੱਲ ਆ ਜਾਓ, ਅਫੀਮ ਨਹੀਂ ਹੈ ਤਾਂ ਸ਼ਰਾਬ, ਮੈਂ ਕਹਿੰਦਾ ਪੰਜਾਬ ਦੇ ਵਿੱਚ ਪੂਰਨ ਤੌਰ 'ਤੇ ਨਸ਼ਾਬੰਦੀ ਹੋਣੀ ਚਾਹੀਦੀ ਹੈ, ਚਾਹੇ ਉਹ ਸ਼ਰਾਬ ਹੈ, ਚਾਹੇ ਉਹ ਅਫੀਮ ਹੈ, ਚਾਹੇ ਕੋਈ ਹੋਰ ਚੀਜ਼ਾਂ ਹੈ। ਨਸ਼ੇ ਦਾ ਪੰਜਾਬ ਦੇ ਵਿੱਚ, ਖਾਲਸੇ ਦੀ ਧਰਤੀ ਹੈ, ਨਸ਼ੇ ਦਾ ਪੰਜਾਬ ਦੇ ਵਿੱਚ ਨਾਮੋ ਨਿਸ਼ਾਨ ਨਹੀਂ ਰਹਿਣਾ ਚਾਹੀਦਾ। ਸੋ ਦੋਸਤੋ, ਇਹਦੇ ਵਾਸਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਅਹਿਵਾਨ ਕਰਾਂਗਾ, ਉਹ ਮੈਂ ਇਹ ਅਹਿਵਾਨ ਕਰਾਂਗਾ ਕਿ ਅਸੀਂ ਰਲ ਮਿਲ ਕੇ ਅਸੀਂ ਪੰਜਾਬ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਵਿੱਚ ਲੈ ਕੇ ਜਾਈਏ, ਅਸੀਂ ਦੇਸ਼ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਵਿੱਚ ਜਿਹੜਾ ਉਹ ਲੈ ਕੇ ਜਾਈਏ, ਔਰ ਅਸੀਂ ਪੰਜਾਬ ਨੂੰ ਔਰ ਦੇਸ਼ ਨੂੰ ਇਸ ਕ੍ਰਾਈਸਿਸ 'ਚੋਂ ਕੱਢੀਏ। ਜੋ 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 ਤੁਹਾਡੇ ਸਾਹਮਣੇ ਤਸਵੀਰ ਹੈ, ਜੋ ਅਸੀਂ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅਸੀਂ ਜੋ ਕੁਛ ਖੱਟਿਆ ਹੈਗਾ, ਜਾਂ ਇਹ ਲੋਕਾਂ ਜਿਹੜੇ ਸਾਡੇ ਲੀਡਰ ਨੇ ਇਹਨਾਂ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਕਿ ਅੱਜ ਦੀ ਡੇਟ ਦੇ ਵਿੱਚ ਵੀ 19 ਕਰੋੜ ਜਨਸੰਖਿਆ, 1 ਕਰੋੜ ਤਕਰੀਬਨ 1.25 ਜਨਸੰਖਿਆ ਜਿਹੜੀ ਕੁਪੋਸ਼ਣ ਦਾ ਸ਼ਿਕਾਰ ਹੈ।
उन्हां नूं पेट भर के रोटी भी नहीं मिलती और दिल्ली की जिहड़ी देश की राजधानी दे विच जिहड़ियां भुख दे नाल मौतां हो रही ने। सो दोस्तों असी परसों एक राजसी पार्टी जिहड़ी है नैशनलिस्ट जस्टिस पार्टी के नाँ के उत्ते असी एक लॉन्च की हैगी है और पंजाबी चोदा जिहड़ा होएगा वो राष्ट्रवादी जिहड़ी न्याय पार्टी हैगी है। इस पार्टी के नाँ ते राजसी असी प्लेटफार्म दे विच हुण जावांगे और असी कोशिश नहीं करांगे, असी यकीन दे नाल इस चीज़ दे विच कामयाब भी होवांगे कि असी ये पंजाब और देश नूं जिहड़ा वो एक खुशहाल देश वल लैके जावांगे और नशा मुक्त भय मुक्त और लोकां नूं गरीब नूं अमीर नूं छोटे नूं वड्डे नूं गमीर गरीब अमीर का पाड़ा खत्म करांगे और हर आदमी नूं उहदा न्याय मिलेगा। असीं इह इह एक मुहिम लैके लोकां ते जावांगे और मैं पंजाब दे और हिंदुस्तान दे लोकां नूं अपील करूंगा कि वध तो वध सानूं इहदे विच सहयोग कीता जावे और वध तो वध तुसीं लोक जिहड़े ने इहदी मैंबरशिप जिहड़ी है वो लवो और आओ रल मिल के असीं पंजाब नूं और देश नूं एक खुशहाल देश और खुशहाल पंजाब बनाईए। ठीक है।